ਲੁਧਿਆਣਾ ਰੇਲਵੇ ਸਟੇਸ਼ਨ ਤੇ ਪੀਣ ਵਾਲੇ ਪਾਣੀ ਦੀ ਕਮੀ ਦੇ ਚੱਲਦਿਆਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਫ਼ ਪਾਣੀ ਲਈ ਲਗਾਈਆਂ ਵੈਂਡਿੰਗ ਮਸ਼ੀਨਾਂ ਤੋਂ ਯਾਤਰੀਆਂ ਨੂੰ ਪੂਰੇ ਪੈਸੇ ਦੇਣ ਦੇ ਬਾਵਜੂਦ ਵੀ ਘੱਟ ਪਾਣੀ ਦਿੱਤਾ ਜਾ ਰਿਹਾ ਹੈ। ਪਾਣੀ ਦਿੱਕਤ ਹੈ ਖਾਲੀ ਹਰ ਜਗ੍ਹਾ ਦਿੱਕਤ ਹੈ ਪਾਣੀ ਦੀ ਇਹ ਤਾਂ ਦੇਖ ਕਾਫੀ ਬੜੀ ਹਾਂ ਡੇਲੀ ਸਰ ਕਬ ਸੇ ਇਹ ਪਿਛਲੇ ਨਹੀਂ ਚੱਲ ਰਹੀ।